ਮੈਨੂੰ ਕਹਿੰਦਾ ਓਏ ਇੱਧਰ ਆ ਮੈਂ ਜੀ ਗੱਲ ਸੁਣੀ ਕਿੱਧਰ ਚੱਲਾ ਮੈਂ ਆਖਿਆ ਜਿੱਧਰ ਲੈ ਜਾਏਗਾ ਕਿੰਨੇ ਕਿੰਨੇ ਮੈਂ ਆਖਿਆ ਜੇ ਤੂੰ ਦੱਸ ਮੈਂ ਆਖਿਆ ਜੀ ਮੈਂ ਜਿਹੜਾ 500 ਲੈਣਾ ਹੀ ਲੈ ਲਈ ਰਿਕਾਰਡਿੰਗ ਇਸ ਕੀ ਮੇਰੇ ਪਾਸ ਇਹਨੇ ਮੈਂ ਇਹਨੂੰ ਮੈਨੂੰ ਪਤਾ ਕੀ ਕਿਹਾ ਬਈ ਜਾਣੇ ਸੀ ਚੱਲ ਕਮਰੇ ਤੇ ਮੈਂ ਕਿਹਾ ਨਹੀਂ ਨੇਕ ਮਿਨਾ ਖਿਆਲ ਕਰ ਚਲੋ ਕਿਸੇ ਦੀ ਮਾਂ ਭੈਣ ਖਲੋਤੀ ਹੋਏਗੀ ਰੋਡ ਦੇ ਉੱਤੇ ਤੂੰ ਇੰਜ ਬੁਲਾ ਕੇ ਕਹੇਗਾ ਕੰਮ ਠੀਕ ਨਹੀਂ ਬੰਦੇ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਹੀ ਉਹਨੇ ਮੈਂ ਗਿਆ ਮੈਂ ਕਿਹਾ ਕੀ ਲੈਣਾ ਇਹਨੇ ਕਿਹਾ 500 ਮੈਂ ਕਿਹਾ ਤੂੰ ਦੇਣਾ ਕਿ ਮੈਂ ਦੇਣਾ ਸਰਕੀ ਸਰਕੀ ਨਹੀਂ ਆ ਗਿਆ ਅਲਹਮਦੁਲਿਲਾ ਤੇ ਕੀ ਤੇ ਫਿਰ ਰੇਟ ਕਿਉਂ ਕੀਤਾ ਨਾਜ਼ਰੀਨ ਇੱਕ ਲੜਕਾ ਹੋਰ ਪਕੜਾ ਗਿਆ ਹੈ ਜੈਸੇ ਹੀ ਹਮਾਰੀ ਰਿਪੋਰਟਰ ਲੜਕੀ ਬਣ ਕੇ ਤਿਆਰ ਹੋਤੀ ਹੈ ਰੋਡ ਪੇ ਤੋ ਇੱਕ ਹੋਰ ਰਿਕਸ਼ੇ ਵਾਲਾ ਆ ਜਾਂਦਾ ਹੈ ਯਾਨੀ ਕਿ ਰਿਕਸ਼ੇ ਵਾਲੀ ਖਰਾਬ ਹੈ ਇਹ ਚਿੰਚੀ ਵਾਲੇ ਇਸੇ ਬਾਤ ਕਰੂੰਗਾ ਭਾਈ ਕਿਆ ਕਿਉਂ ਬੁਲਾਇਆ ਥਾ ਇਸਕੋ ਆਪਣੇ ਪਾਸ वैसे सर वैसे क्यों पहले मेरी बात इसने उधर बंदे बंदे ने मानेगा नहीं मैं जा रहा मैं कहता मैं मनवा लांगा मैं कहता इधर आ मैं जी गल सुनी किधर चला मैं आख्या जिधर ला जाएगा कहता जी मैं आख्या किन्ने देगा इन्हें कहा जी किन्ने कहना ਮੈਂ ਕਿਹਾ ਜੇ ਤੂੰ ਮੈਂ ਦੱਸ ਦੇਣਾ ਕਿ ਜੀ ਮੈਂ ਜਿਹੜਾ 500 ਲੈਣਾ ਹੀ ਲੈ ਲਈ ਰਿਕਾਰਡਿੰਗ ਇਸ ਕੀ ਮੇਰੇ ਪਾਸ 500 ਲੈ ਲਈ ਕਹਿੰਦਾ ਬਹਿ ਤਾਂ ਸਹੀ ਮੈਂ ਕਿਹਾ ਅੰਜ ਨਹੀਂ ਪਹਿਲੇ ਐਡਵਾਂਸ ਦੇ ਮੈਨੂੰ ਕਹਿੰਦਾ ਬਹਿ ਤੇ ਇੰਨਾ ਐਡਵਾਂਸ ਮੈਂ ਰਕਸ਼ੇ 'ਚ ਬਹਿ ਗਿਆ ਕਹਿੰਦਾ ਲੰਗਰ ਕਰ ਲੈ ਬਹਿ ਚੱਲਨੇ ਆ 500 ਤੈਨੂੰ ਮੈਂ ਦੇ ਦਿਆਂਗਾ ਅਬ ਇਹ ਮਾਨੇਗਾ ਨਹੀਂ ਰਿਕਾਰਡਿੰਗ ਮੇਰੇ ਪਾਸ ਹਾਂਜੀ ਸਰ ਸਰ ਕਿਆ ਜੋ ਕਹੂੰਗਾ ਸੱਚ ਕਹੂੰਗਾ ਠੀਕ ਹੈ ਨਾ ਮੇਰੀ ਇੱਕ ਅਦਾਲਤ 'ਚ ਨਹੀਂ ਖਲੋਤਾ ਤੂੰ ਮੇਰੀ ਬੱਚੀ ਹੈ ਠੀਕ ਹੈ ਨਾ ਸ਼ਾਦੀਸ਼ੁਦਾ ਹੈ ਫਿਰ ਵੀ ਇਹ ਹਰਕਤਾਂ ਕਰ ਲੈ ਸ਼ਰਮ ਨਹੀਂ ਆਉਂਦੀ ਮੇਰੀ ਗੱਲ ਸੁਣ ਲੈ ਮੈਂ ਕੀਤੀ ਹੈ ਅੱਛਾ ਕੀਤੀ ਹੈ ਇਹਨੂੰ ਮੈਂ ਇਹਨੂੰ ਸੱਦਿਆ ਹੈ ਸੱਦਿਆ ਕਿਉਂ ਸੱਦਿਆ ਇੱਥੇ ਬੈਠੇ ਠੀਕ ਹੈ ਨਾ ਮੈਂ ਇਹ ਜਾ ਰਿਹਾ ਸੀ ਮੈਂ ਕਿਹਾ ਬਰਸ਼ ਕੇ ਬੈਠ ਠੀਕ ਹੈ ਨਾ ਗੱਲ ਸੁਣ ਇਹਨੇ ਉੱਥੇ ਬੰਦਾ ਰੋਕਿਆ ਪਹਿਲੇ ਪਿੱਛੇ ਅੱਛਾ ਮੈਂ ਕਿਹਾ ਤੈਨੂੰ ਨੇਕ ਮਹੀਨਾ ਨਹੀਂ ਨਜ਼ਰ ਨਹੀਂ ਤੂੰ ਕਿਉਂ ਨਹੀਂ ਸੱਦਿਆ ਕਿਨੂੰ ਇਹਨੂੰ ਕਿਉਂ ਸੱਦਿਆ ਤੂੰ ਕੋਲ ਇੱਥੇ ਪਿੱਛੇ ਬੰਦੇ ਨੂੰ ਇਹ ਗੱਲ ਤਮਾਮ ਮਸਜਿਦ ਨੇ ਯਾਰ ਉਹ ਜਿਹੜੇ ਤੂੰ ਗੱਲਾਂ ਕੀਤੇ ਨੇ ਤੂੰ ਜਿਹੜੀ ਗੱਲ ਹੈ ਐਸ ਕੀਤੇ ਕਰਦਾ ਇਹ ਕੀਤੇ ਨੇ ਕਿੰਨੇ ਇਹ ਜਿਹੜੇ ਇਹਨੇ ਗੱਲਾਂ ਕੀਤੀਆਂ ਨੇ ਇਹਨੇ ਮੈਂ ਇਹਨੂੰ ਮੈਨੂੰ ਪਤਾ ਕੀ ਕਿਹਾ ਬਈ ਜਾਣੇ ਸੀ ਚੱਲ ਕਮਰੇ ਤੇ ਮੈਂ ਕਿਹਾ ਨਹੀਂ ਨੇਕ ਮਿਨਾ ਖਿਆਲ ਕਰ ਠੀਕ ਹੈ ਨਾ ਮਿਹਰਬਾਨੀ ਕਰ ਮੈਂ ਕਿਹਾ ਲੰਗਰ ਕਰੇ ਮੈਂ ਕਿਹਾ ਜੀ ਬਿਸਮਿਲ੍ਲਾ ਮੈਂ ਲੰਗਰ ਕਰਨ ਵਾਸਤੇ ਰੁਕਿਆ ਤੇ ਤੂੰ ਉਹਨੂੰ ਬੁਲਾਇਆ ਕਿਉਂ ਹੈ ਸੱਦਿਆ ਕਿਉਂ ਆਪਣੇ ਕਿਨੇ ਇੱਥੇ ਬੰਦੇ ਕੋਲ ਖਲਾ ਸੀ ਇੱਕ ਗੱਲ ਕਰ ਤੂੰ ਉਹਦੇ ਨਾਲ ਰੇਟ ਸ਼ੇਅਰ ਨਹੀਂ ਕੀਤਾ ਨਹੀਂ ਕੀਤਾ ਇਹ ਜਿਹੜੇ ਗੱਲਾਂ ਕਰ ਰਹੇ ਰਿਕਾਰਡਿੰਗ ਮੈਂ ਨਾਲ ਉਸ ਐਵੇਂ ਐਵੇਂ ਬੌਸ ਨਹੀਂ ਮੈਂ ਤੇਰਾ ਬੌਸ ਨਹੀਂ ਹੈਗਾ ਨਾ ਮੈਂ ਤੈਨੂੰ ਕੰਮ ਸਿਖਾਣਾ ਕਿ ਜਾ ਕੇ ਕੁੜੀਆਂ ਕੋਲ ਲੈ ਕੇ ਤੇ ਚੱਲ ਮੈਂ ਤੇਰਾ ਕੋਈ ਬੌਸ ਨਹੀਂ ਹੈਗਾ ਮੇਰੀ ਗੱਲ ਸੁਣ ਇਹ ਕੰਮ ਗਲਤ ਹੈ ਕਿ ਨਹੀਂ ਹੈ ਗਲਤ ਹੈ ਨਾ ਚਲ ਉਹਨਾਂ ਉਹ ਜੀ ਦੱਸ ਦੇ ਸਾਰੇ ਇੱਧਰ ਵੇਖ ਮੇਰੀ ਗਲਤੀ ਗਲਤ ਹੈ ਨਾ ਨਾ ਠੀਕ ਹੈ ਨਾ ਤੁਸੀਂ ਮੌਕੇ ਤੇ ਨਹੀਂ ਸੈਂ ਠੀਕ ਹੈ ਨਾ ਉਹ ਰਿਕਾਰਡਿੰਗ ਤੇਰੀ ਚੱਲ ਜੇਗੀ ਇਹਦੇ ਚ ਰਿਕਾਰਡ ਹੋਇਆ ਹੈ ਇਸ ਮੋਬਾਈਲ ਦੇ ਵਿੱਚ ਰਿਕਾਰਡ ਹੈ ਯਾਰ ਮੋਬਾਈਲ ਦੇ ਵਿੱਚ ਰਿਕਾਰਡ ਹੈ ਨਾਲ ਚੱਲੀ ਐਵੇਂ ਨਜਾਇਜ਼ ਬੋਸ ਤੁਸੀਂ ਰਿਕਾਰਡਿੰਗ ਚੱਲੇਗੀ ਨਾਲ ਚਲੋ ਕਿਸੇ ਦੀ ਮਾਂ ਭੈਣ ਖਲੋਤੀ ਹੋਏਗੀ ਰੋਡ ਦੇ ਉੱਤੇ ਤੂੰ ਇੰਜ ਬੁਲਾ ਕੇ ਕਹੇਗਾ ਕੰਮ ਠੀਕ ਨਹੀਂ ਹੈਗਾ ਕਿਹੜਾ ਅਸੀਂ ਨੂੰ ਗੱਲ ਬਹਿਣਾ ਸਾਡੀਆਂ ਨਹੀਂ ਕਿਉਂ ਇਹਨੂੰ ਬੁਲਾਇਆ ਸੱਦਿਆ ਕਿਉਂ ਇਹਨੂੰ ਇਹ ਇੱਥੇ ਬੰਦਾ ਨੂੰ ਕਿਉਂ ਤੂੰ ਸੱਦਿਆ ਬੰਦੇ ਨੂੰ ਘੇਰੀ ਜਾ ਰਿਹਾ ਉਹਦੇ ਨਾਲ ਭਾਵੇਂ ਕੋਈ ਹੋਰ ਗੱਲ ਹੋ ਬੰਦੇ ਨੇ ਇੱਥੇ ਸਾਹਮਣੇ ਰਸ਼ਕੇ ਦੇ ਕੋਲ ਇੱਕ ਮਿੰਟ ਮੈਂ ਤੇਰੀ ਗੱਲ ਦੇ ਜਵਾਬ ਦੇਣਾ ਵਾਂ ਉਹਦੇ ਨਾਲ ਭਾਵੇਂ ਉਹਦੀ ਭੈਣ ਖਲੋਤੀ ਹੋਵੇ ਗੱਲਬਾਤ ਕਰ ਰਹੀ ਜਾਂ ਉਹਦੀ ਮਾਂ ਖਲੋਤੀ ਹੋਵੇ ਜਾਂ ਉਹਦੀ ਬੁੱਢੀ ਆਹੋ ਤੇ ਤੂੰ ਕਿਉਂ ਸੱਦਿਆ ਮੈਂ ਬੰਦੇ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਹੀ ਉਹਨੇ ਮੈਂ ਗਿਆ ਇੱਧਰ ਆਓ ਹਾਂਜੀ ਇਹ ਜੀ ਇਸ ਬੰਦੇ ਨੇ ਸਾਰੀ ਬਾਤ ਔਰ ਸਾਰੀ ਗੁਫ਼ਤਗੂ ਸੁਣੀ ਹੈ ਅਲਹਮਦੁਲਿਲਾ ਠੀਕ ਹੈ ਮੁਸਲਮਾਨ ਔਰ ਪਾਕਿਸਤਾਨੀ ਇਹ ਬੰਦਾ ਆਇਆ ਮੈਂ ਕਿਹਾ ਹਾਂਜੀ ਕਿੱਧਰ ਇਹਨੇ ਕਿਹਾ ਕੰਮ ਫਿਰ ਰਿਹਾ ਵਾਂ ਠੀਕ ਹੈ ਮੈਂ ਕਿਹਾ ਠੀਕ ਹੈ ਫਿਰੀ ਜਾ ਫਿਰ ਵਾਪਸ ਆਇਆ ਮੈਂ ਕਿਹਾ ਕੀ ਲੈਣਾ ਇਹਨੇ ਕਿਹਾ 500 ਮੈਂ ਕਿਹਾ ਤੂੰ ਦੇਣਾ ਕਿ ਮੈਂ ਦੇਣਾ ਇਹਨੇ ਕਿਹਾ ਬੜਾ ਸਿਆਣਾ ਹੈਗਾ ਫਿਰ ਵਾਪਸ ਗਿਆ ਮੈਂ ਕਿਹਾ ਵੈਰੀ ਸੌਰੀ ਠੀਕ ਹੈ ਵੈਰੀ ਸੌਰੀ ਇਹ ਵੀ ਲੈ ਕੇ ਜਾਣਾ ਅੱਛਾ ਨਹੀਂ ਮੈਂ ਕਿਉਂ ਲੈ ਕੇ ਜਾਣਾ ਰੇਟ ਕਿਉਂ ਕੀਤਾ ਸੀ ਫਿਰ ਠੀਕ ਹੈ ਰੇਟ ਮੈਂ ਤਾਂ ਮਜ਼ਾਕ ਕੀਤਾ ਇਹਦੇ ਨਾਲ ਮਜ਼ਾਕ ਕਰ ਲੈਂਦੇ ਹੋ ਅੱਛੀ ਗੱਲ ਹੈ ਮਜ਼ਾਕ ਰੋਡ ਦੇ ਉੱਤੇ ਡਰਾਈਵਰ ਮਜ਼ਾਕ ਕਰਦੇ ਨਹੀਂ ਇਹ ਮਜ਼ਾਕ ਵਾਲੀ ਕਿਹੜੀ ਗੱਲ ਹੈ ਕਿ ਕਰ ਰਿਹਾ ਨਹੀਂ ਇਹ ਮਜ਼ਾਕ ਵਾਲੀ ਗੱਲ ਇਹ ਵੀ ਤਾਂ ਕਾਰੋਬਾਰ ਕਰ ਰਿਹਾ ਨਾ 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 ਇਹ ਵੀ ਤਾਂ ਕਾਰੋਬਾਰ ਕਰ ਰਿਹਾ ਕਾਰੋਬਾਰ ਕਰ ਰਿਹਾ ਇਹ ਕੀ ਕਰ ਰਿਹਾ ਰਿਪੋਰਟਰ ਹੈ ਸਾਡਾ ਉਹ ਪ੍ਰੋਗਰਾਮ ਐਂਕਰ ਕਰਦਾ ਉਹ ਤੁਹਾਡਾ ਐਕਸਪੋਜ਼ ਕਰ ਰਹੇ ਅਸੀਂ ਐਕਸਪੋਜ਼ ਕਰ ਰਹੇ ਹਾਂ ਤੁਹਾਡੇ ਵਗਰੇ ਲੋਕ ਅਸੀਂ ਠਰਕੀ ਕਿ ਨਹੀਂ ਆ ਗਿਆ ਅਲਹਮਦੁਲਿਲਾ ਤੇ ਕੀ ਤੇ ਫਿਰ ਰੇਟ ਕਿਉਂ ਕੀਤਾ ਰੇਟ ਕਿੰਨੇ ਉਹ ਰੇਟ ਤੋਂ ਕਰ ਰਿਹਾ ਕਿ ਮੈਂ 500 ਲੈ ਰਿਹਾ ਹੁਣ ਤੇ ਤੂੰ 500 ਨਹੀਂ ਨਹੀਂ ਉਹ ਤਾਂ ਕਹਿ ਰਿਹਾ ਮੈਂ 500 ਲੈ ਰਿਹਾ ਕਿ ਤੂੰ ਦੇਣਾ ਕਿ ਮੈਂ ਦੇਣਾ ਆ ਤੇ ਗੱਲਾਂ ਠੀਕ ਹੈ ਨਾ ਗੱਲਾਂ ਐਸ ਰਹੀ ਹੁੰਦੀਆਂ ਨੇ ਠਰਕ ਹੋ ਗਿਆ ਨਾ ਠਰਕ ਨਹੀਂ ਆ ਗਿਆ ਇਹ ਹਾਲਾਤ ਹੈ ਜੀ ਇਹ ਲੜਕਾ ਵੀ ਮਾਨ ਨਹੀਂ ਰਿਹਾ ਲੇਕਿਨ ਕੀ ਸਾਰੀ ਗੁਫ਼ਤਗੂ ਹਮ ਦਿਖਾਏਂਗੇ ਇਸ ਵੀਡੀਓ ਮੈਂ ਆਪਕੋ तो आज और भी हम एक्सपोज करेंगे और इस प्रोग्राम में हम आपको दिखाएंगे मुझे दीजिएगा इजाज़त अल्लाह हाफ़िज़